कुछ दिन पहले जलंधर में पीटीसी अवार्ड 2016 करवाया गया, जिसमें गायक लखविंदर वडाली को पॉप एंड फोक गायकी के अवार्ड को सम्मानित किया गया। लखविंदर वडाली के बचपन के साथी कुलदीप कंवल ने वडाली हाउस में एक प्रेस कॉन्फ्रेंस का आयोजन किया, जिसमें लखविंदर वडाली ने पीटीसी का अवार्ड देने के लिए धन्यवाद किया। उन्होंने कहा कि मेरे जीवन में मेरे बाप के आशीर्वाद के अलावा मेरे बचपन के बहुत ही प्यारे दोस्त कुलदीप कंवल के मेरी जीवन में अहम जगह है। अक्सर ही कुलदीप कंवल ने आप पीछे रह के मुझे आगे सपोर्ट किया। मैं बचपन तो ही कंवल भाजी का और मेरा साथ जिहड़ा बचपन तो ही बनिया हुआ, तो असी तो कह लो कि एक दूसरे नूं बड़े निक्के नावां दे नाल ही असीं ज्यादा शुरू तो करते रहे हैं एक दूसरे नाल। ते इन्हां ने बहुत ज्यादा बचपन तो मैनूं सपोर्ट किया, क्योंकि उहदा जदों असीं किते भी कंपनी नूं किसे नूं सुनाउण जांदे सी जां स्ट्रगल दे टाइम ते किते जांदे सीगे, ते इन्हां ने आप पिछे रह के मैनूं अगे करना हमेशा। हालांकि मैं इन्हां दे नाल जाणा कि तुसीं भाजी तुहानूं उह बंदे जाणदे आ, तुसीं गाउण जाणा आ, तुहाडी सिलेक्शन आ, तुसीं करनी है, पर इन्हां कहणा भी नहीं कोई गल नहीं तुसीं इन्हां नूं सुणो जी, मेरे नालों ज्यादा अपने नालों ज्यादा इन्हां नूं मैनूं अगे करना, इन्हां ने आप पिछे रहना, इन्हां ने कहना नहीं जी मैनूं तुसीं रहण दिओ, लखविंदर भाजी नूं सुणो। ਕੀ ਕਾਰਨ ਸੀ ਕਿ ਆਪ ਪਿੱਛੇ ਹੋ ਕੇ ਤੁਹਾਨੂੰ ਅੱਗੇ ਰੱਖਦੇ? ਮੇਰੇ ਖਿਆਲ ਚ ਦਿਲੋਂ ਪਿਆਰ ਕਰਦੇ ਸੀਗੇ ਕਿ ਇਹ ਜ਼ਿਆਦਾ ਤਰੱਕੀ ਕਰਨ, ਜ਼ਿਆਦਾ ਵਧਣ, ਔਰ ਮੈਂ ਇਹਨਾਂ ਦੇ ਕੁਲਦੀਪ ਭਾਜੀ ਦੇ ਲਈ ਦੁਆ ਕਰਦਾ ਕਿ ਜਿੰਨਾ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਉਹਦੇ ਨਾਲੋਂ ਦੋ ਗੁਣਾ ਜ਼ਿਆਦਾ ਪਰਮਾਤਮਾ ਇਹਨਾਂ ਨੂੰ ਸਲੂਕ, ਇਤਫਾਕ, ਪਿਆਰ ਔਰ ਇੱਜ਼ਤ ਸ਼ੋਹਰਤ ਬਖਸ਼ੇ। ਵਿੱਚੋਂ ਕੁਛ ਟਾਈਮ ਲਈ ਥੋੜਾ ਵੱਖ ਵੀ ਹੋ ਗਏ, ਹੁਣ ਫਿਰ ਇਕੱਠੇ ਹੋਏ ਤੇ ਅਗਾਂਹ ਕਿੰਨੀ ਦੇਰ ਤੱਕ ਇਕੱਠੇ ਰਹੋਗੇ ਜਾਂ ਸਾਰੀ ਲਾਈਫ ਇਕੱਠੇ ਰਹੋਗੇ? ਜੀ ਬਿਲਕੁਲ ਜੀ ਬਿਲਕੁਲ, ਆਲਵੇਜ਼ ਇਕੱਠੇ ਹਾਂ ਭਰਾ, ਕਦੀ ਕਹਿੰਦੇ ਨਾ ਕਿ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਤੇ ਉਹ ਕਦੀ ਵੱਖ ਨਹੀਂ ਹੋ ਸਕਦੀਆਂ, ਸੋ ਇਸ ਕਰਕੇ ਅਸੀਂ ਇਕੱਠੇ ਹਾਂ ਸ਼ੁਰੂ ਤੋਂ ਹੀ ਔਰ ਅੱਗੇ ਵੀ ਇਕੱਠੇ ਰਵਾਂਗੇ। ਵਿੱਚ ਅਗਰ ਥੋੜਾ ਬਹੁਤ ਕੋਈ ਵਕਫਾ ਪਿਆ ਤਾਂ ਉਹਦੇ ਲਈ ਮੇਰੇ ਯਾਨੀ ਕਿ ਥੋੜਾ ਜਿਹਾ ਇਸ ਇੰਡਸਟਰੀ ਤੋਂ ਕੰਮ ਦਾ ਲੋੜ ਕਹਿ ਲਓ ਜਾਂ ਮੈਨੂੰ ਬਹੁਤ ਜ਼ਿਆਦਾ ਬਿਜ਼ੀ ਹੋਣ ਕਰਕੇ ਥੋੜਾ ਜਿਹਾ ਅਸੀਂ ਇਸ ਤੋਂ ਥੋੜਾ ਜਿਹਾ ਮੇਰਾ ਗਾਣਾ ਇੱਕ ਰਿਲੀਜ਼ ਹੋਇਆ ਉਹਨੇ ਬਰਸਾਤਾਂ ਮੇਰੇ ਆਪਣੇ ਹੀ ਕੰਪਨੀ ਤੋਂ, ਤੇ ਮੈਂ ਦੋ ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ, ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ, ਆਵੇ ਸੋਹਣਿਆਂ ਮਿਲਣ ਵਾਲੀਆਂ, ਸੋਹਣਿਆਂ ਮਿਲਣ ਵਾਲੀਆਂ ਰਾਤਾਂ ਚਾਲੂ ਹੋ ਗਈਆਂ, ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ, ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ। ਔਰ ਵਡਾਲੀ ਨੇ ਕਿਹਾ ਕਿ ਅੱਜ ਮੈਂ ਜੋ ਵੀ ਹਾਂ ਸਿਰਫ ਕੁਲਦੀਪ ਕੰਵਲ ਕੀ ਵਜ੍ਹਾ ਸੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਪੀਟੀਸੀ ਪੰਜਾਬੀ ਦਾ, ਪੀਟੀਸੀ ਪੰਜਾਬੀ ਨੇ ਭਾਜੀ ਨੂੰ ਅਵਾਰਡ ਦਿੱਤਾ, ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੀ ਹਾਂ ਉਹਨਾਂ ਦਾ ਜੀ। ਅਤੇ ਬਾਕੀ ਭਾਜੀ ਨੇ ਇਸ ਅਵਾਰਡ ਦੇ ਲਈ ਮਿਹਨਤ ਵੀ ਬਹੁਤ ਕੀਤੀ ਹੈ ਜੀ, ਭਾਜੀ ਦੀ ਮਿਹਨਤ ਬਹੁਤ ਆ, ਭਾਜੀ ਨੇ ਆਪਣੀ ਮਿਹਨਤ ਦਾ ਸਦਕਾ ਹੀ ਅਵਾਰਡ ਜਿੱਤਿਆ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਅਤੇ ਬਾਕੀ ਅਸੀਂ ਫਿਰ ਵੀ ਪੀਟੀਸੀ ਦੇ ਬਹੁਤ ਜ਼ਿਆਦਾ ਆਭਾਰੀ ਹਾਂ, ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਪੀਟੀਸੀ ਨੇ ਉਹਨਾਂ ਨੂੰ ਅਵਾਰਡ ਦਿੱਤਾ ਵਾ 2016 ਦਾ। ਜਿੱਦਾਂ ਕਿ ਭਾਈ ਨੇ ਦੱਸਿਆ ਕਿ ਉਹਨਾਂ ਨੇ ਆਪ ਤੁਸੀਂ ਪਿੱਛੇ ਰਹਿ ਕੇ ਉਹਨਾਂ ਨੂੰ ਅੱਗੇ ਪ੍ਰਮੋਟ ਕੀਤਾ, ਇੱਕ ਦਿਲੋਂ ਪਿਆਰ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ? ਬਸ ਮੈਂ ਵੀ ਇਹੋ ਕਹਿਣਾ ਚਾਹੁੰਦਾ ਸੀ, ਮੈਂ ਭਾਜੀ ਦੇ ਨਾਲ ਬਚਪਨ ਤੋਂ ਹੀ ਦਿਲੋਂ ਪਿਆਰ ਕਰਦਾ ਆਇਆ ਹਾਂ, ਮੈਂ ਭਾਜੀ ਦੇ ਨਾਲ ਪਹਿਲਾਂ ਵੀ ਹੈਗਾ ਸੀ, ਹੁਣ ਵੀ ਹਾਂ ਅਤੇ ਸਾਰੀ ਉਮਰ ਰਵਾਂਗਾ, ਮੈਂ ਭਾਜੀ ਨੂੰ ਸ਼ੁਰੂ ਤੋਂ ਹੀ ਦਿਲੋਂ ਪਿਆਰ ਕੀਤਾ ਜੀ। ਅੰਮ੍ਰਿਤਸਰ ਤੋਂ ਸਰਦੂਲ ਸਿੰਘ ਕੇ ਸਾਥ ਹਨੀ ਮਹਿਰਾ ਕੀ ਖਾਸ ਰਿਪੋਰਟ।